अस्सलाम वालेकुम जी, आप देख रहे हैं बाबा फरीद काला तित्तर ग्रुप। तो असा ने करा उत्थे कश्मोर ते टंग दे विच तित्तर दा मैच खेलिया है। तो मेरे को तित्तर जी दा नाम है राजू, वो तित्तर हुण भी मेरे को बोल रहा है। अलहमदुलिल्लाह जहाँ सिंध जाईदा उत्थे भी लोगों ने तित्तर रखे ने, सिंधी लोग ने। मैं पंजाबी हाँ लेकिन मेरा उस्ताद भी सिंधी है, तो सिंधिया नाल ही साडा लैण देण है। तित्तर साढ़े को पंजाबी तित्तर जिहड़ा भी चंगा होवे ना रखदे ना लैंदे। उस तो बाद कि असी सिंधी तित्तर नाल प्यार करने, सिंधी तित्तर का शौक करने, सिंधी तित्तर नाल ही सानू मुहब्बत है। तो ये मैच जिहड़े हुंदे ने जी टंग दे, ये हुंदे ने साढ़े रात दे। उत्थे दो तित्तर टके जांदे ने, तित्तर भावें उत्थे आ जावे 500 लेकिन दो तित्तर जिहड़े ने उहनां नूं ਉਹ ਟੱਕ ਲੈਂਦੇ ਨੇ ਕਿ ਇਸ ਤਿੱਤਰ ਦਾ ਅਤੇ ਇਸ ਤਿੱਤਰ ਦਾ ਮੁਕਾਬਲਾ ਹੈ ਜੀ, ਇਹਨਾਂ ਦਾ ਮੈਚ ਹੈ, ਇਹਨਾਂ ਦੀ ਪੀੜ੍ਹੀ ਹੈ। ਯਾਨੀ ਕਿ ਜਿਸ ਤਰੀਕੇ ਪੰਜਾਬ ਦੇ ਵਿੱਚ ਟੂਰਨਾਮੈਂਟ ਹੁੰਦੇ ਨੇ ਅਤੇ ਫਿਰ ਉਹ ਤਿੱਤਰਾਂ ਦੇ ਆਵਾਜ਼ਾਂ ਲਖੀਂਦੀਆਂ ਨੇ, ਇਸ ਤਰੀਕੇ ਨਾਲ ਪਹਿਲੇ ਤਿੱਤਰਾਂ ਦਾ ਮੈਚ ਇਵੇਂ ਹੀ ਹੁੰਦਾ। ਜਦੋਂ ਫਿਰ ਦੋ ਤਿੱਤਰ ਰਹਿ ਜਾਂਦੇ ਨੇ, ਉਹਨਾਂ ਦੋ ਤਿੱਤਰਾਂ ਦਾ ਇਹ ਹੁੰਦਾ ਕਿ ਉਹਨਾਂ ਦੋ ਤਿੱਤਰਾਂ ਨੇ ਦਾ ਮੈਚ ਰਾਤ ਨੂੰ ਟੰਗ ਦਾ, ਉਹ ਤਾਂ ਫਿਰ ਇਹ ਹੁੰਦਾ ਕਿ ਸਿੱਕਾ ਪੰਜਾਂ ਵਾਲਾ ਲੈ ਕੇ ਇਸ ਤਰੀਕੇ ਸੁੱਟ ਦਿੰਦੇ ਨੇ, ਕਿਉਂਕਿ ਦਰਖਤ ਹੁੰਦੇ ਨੇ ਦੋ। ਉਹ ਕਹਿੰਦਾ ਕਿ ਜਿਸ ਸਾਈਡ ਤੋਂ ਸੂਰਜ ਚੰਨ ਨਿਕਲਦਾ ਉਹ ਸਾਈਡ ਮੇਰੀ ਹੈ ਇਸ ਦਰਖਤ ਦੀ, ਦੂਸਰੇ ਤੇਰੀ ਹੈ। ਸੀ ਕਿ ਉਹਨਾਂ ਦਾ ਰੌਲਾ ਪੈਂਦਾ, ਉਹਦੀ ਵਜ੍ਹਾ ਤੋਂ ਕਰਕੇ ਉਹਨਾਂ ਨੇ ਕਰਨਾ ਟਾਸ। ਜਦੋਂ ਟਾਸ ਕਰ ਦਿੱਤਾ ਅਤੇ ਜਿਹਦਾ ਤਿੱਤਰ ਉਸ ਦਰਖਤ ਨਾਲ ਆ ਜਾਵੇ, ਉਸ ਸਾਈਡ 'ਤੇ ਆ ਜਾਵੇ, ਫਿਰ ਉਹ ਮਜਬੂਰਨ ਉਹਨੂੰ ਉੱਥੇ ਟੰਗਣਾ ਪੈਂਦਾ। ਉਹਦੇ 'ਤੇ ਫਿਰ ਇਹ ਹੁੰਦਾ ਕਿ ਜਦੋਂ ਤਿੱਤਰ ਜਾਂਦੇ ਨੇ ਟੰਗੇ, ਉਹਨਾਂ ਦੇ ਉੱਤੇ ਬੁੱਗ ਦਿੱਤੇ ਹੁੰਦੇ ਨੇ, ਤਿੱਤਰ ਸ਼ਾਮ ਵੇਲੇ ਤਕਰੀਬਨ 5 ਵਜੇ ਸ਼ੁਰੂ ਹੋ ਜਾਂਦੇ ਨੇ। ਉਹਦੇ ਵਿੱਚ ਜਿਹੜਾ ਦਰਖਤ ਨਾਲ ਤਿੱਤਰ ਨੂੰ ਟੰਗੀ ਦਾ ਉਹਦਾ, ਯਾਨੀ ਕਿ ਜਿਸ ਟਾਣੇ ਨਾਲ ਟੰਗਣਾ ਉਹਦੇ ਨਾਲ ਵੱਡਾ ਸਾਰਾ ਕਿੱਲ ਠੋਕਣਾ, ਉਸ ਤੋਂ ਬਾਅਦ ਜਨਾਬ ਵੇਲੇ ਤਿੱਤਰ ਨੂੰ ਉੱਥੇ ਟੰਗ ਦੇਣਾ। ਉਸ ਤੋਂ ਬਾਅਦ ਜਿਹੜਾ ਟਾਣੇ 'ਤੇ ਟੰਗਣਾ ਕਿੱਲ ਠੋਕਣਾ ਉਹਦੇ 'ਤੇ ਮੁਬਲੈਲ ਜਾਂ ਮਤਲਬ ਹੋਰ ਕੋਈ ਡੀਜ਼ਲ ਸੜਿਆ ਇਸ ਤਰੀਕੇ ਕੁਦਾ ਕੋਈ ਤੇਲ ਮਲਣਾ, ਤਾਂ ਕਿ ਉੱਥੇ ਕੋਈ ਕੀੜੀਆਂ ਜਾਂ ਮਕੌੜੇ ਇਹ ਚੀਜ਼ਾਂ ਨਾ ਜਾਵਣ ਤਿੱਤਰ ਤੱਕ, ਕਿਉਂਕਿ ਤਿੱਤਰ ਬੋਲ ਰਿਹਾ, ਹੋ ਸਕਦਾ ਕਿ ਉਹਦੇ ਪੈਰ 'ਤੇ ਚੱਕ ਵੱਜਣ, ਤਿੱਤਰ ਡਰ ਜਾਵੇ, ਤਿੱਤਰ ਬੰਦ ਹੋ ਜਾਵੇ। 10 ਮਿੰਟ ਦਾ ਟਾਈਮ ਹੁੰਦਾ ਉਹਦੇ ਵਿੱਚ ਤਿੱਤਰ ਦੇ, ਜਿਹੜਾ ਤਿੱਤਰ 10 ਮਿੰਟ ਬੰਦ ਹੋ ਗਿਆ ਉਹ ਤਿੱਤਰ ਹਾਰ ਗਿਆ, ਜਿਹੜਾ ਬੋਲਦਾ ਰਿਹਾ ਉਹ ਤਿੱਤਰ ਜਿੱਤ ਗਿਆ। ਉਹਦੇ ਵਿੱਚ ਇਹ ਜੀ ਉਹ ਫਿਰ ਦੋ ਤਿੱਤਰ ਰੱਖੇ ਜਾਂਦੇ ਨੇ ਟੰਗੇ ਗਏ, ਉਹਨਾਂ ਤੋਂ ਕੱਪੜੇ ਲੈ ਗਏ ਬੁੱਗ, ਅਤੇ ਤਿੱਤਰ ਜਨਾਬ ਉਹਨਾਂ 'ਤੇ ਫਿਰ ਦੋ ਸਾਲਸੀ ਹੁੰਦੇ ਨੇ, ਮਾਲਕ ਜਿਹੜੇ ਉਹ ਦੂਰ ਬੈਠੇ ਹੁੰਦੇ ਨੇ, ਇੱਕ ਸਾਲਸੀ ਇੱਕ ਤਿੱਤਰ ਮਣ ਹੁੰਦਾ, ਇੱਕ ਦੂਸਰਾ ਦੂਸਰੇ ਤਿੱਤਰ ਮਣ ਹੁੰਦਾ। ਉਹ ਫਿਰ ਦੋਵੇਂ ਸਾਲਸੀ ਜਿਹੜਾ ਫੈਸਲਾ ਕਰਨ ਉਹ ਤਿੱਤਰ ਵਾਲਿਆਂ ਨੂੰ ਮੰਨਣਾ ਪੈਂਦਾ, ਅਤੇ ਉਹਦੇ 'ਤੇ ਯਾਨੀ ਕਿ ਇਨਾਮ ਫਿਰ ਦਿੱਤਾ ਜਾਂਦਾ। ਅਤੇ ਮੈਂ ਇਨਸ਼ਾਅੱਲਾ ਇਹ ਕੱਪ ਹੈ ਮੇਰੇ ਕੋਲ, ਅਤੇ ਇਹ ਕੱਪ ਸਿੰਧ ਤੋਂ ਯਾਨੀ ਕਿ ਅਸੀਂ ਜਿੱਤ ਕੇ ਲਿਆਏ ਹਾਂ ਟੰਗ ਦੇ ਮੁਕਾਬਲੇ 'ਚ। ਅਤੇ ਮੇਰੇ ਕੋਲ ਜਿਹੜਾ ਰਾਜੂ ਤਿੱਤਰ ਹੈ ਇਨਸ਼ਾਅੱਲਾ ਬਹੁਤ ਅੱਛਾ ਹੈ, ਅਤੇ ਮੈਂ ਇਨਸ਼ਾਅੱਲਾ ਹੋਰ ਵੀ ਮੁਕਾਬਲੇ ਥੱਲੇ ਵਾਲੇ ਵਿੱਚ ਜਿਹੜੀ ਚੱਕਰੀ ਹੁੰਦੀ ਹੈ ਉਹਦੇ 'ਤੇ ਵੀ ਇਨਸ਼ਾਅੱਲਾ ਇਹੋ ਹੀ ਤਿੱਤਰ ਲਾਉਣਾ। ਅੱਛਾ, ਅਤੇ ਬਾਬਾ ਜੀ ਇਹ ਤਿੱਤਰ ਦੀ ਇਹ ਮਕਸਦ ਕੀ ਵਜੋਂ ਵਾ, ਅਤੇ ਹੋਰ ਵੀ ਤਾਂ ਕਾਫੀ ਤਿੱਤਰ ਹੈ ਸਾਡੇ, ਹੋਰ ਵੀ ਤਾਂ ਕਾਫੀ ਲੋਕ ਲੈ ਕੇ ਗਏ ਹੋਏ ਸਾਨੂੰ ਉੱਥੇ ਤਿੱਤਰ, ਇਹਦੀ ਕੀ ਵਜੋਂ ਵਾ ਅਤੇ ਇਹ ਕਿਉਂ ਫਸਟ ਨੰਬਰ ਲੱਗਿਆ, ਇਹਦੀ ਕੇਅਰ ਤੁਸੀਂ ਅੱਛੀ ਕੀਤੀ, ਇਹਨੂੰ ਦਾਣਾ ਪਾਣੀ ਅੱਛਾ ਪਾਇਆ, ਖੁਰਾਕ ਅੱਛੀ ਪਾਈ ਜੀ? ਉਹਦੇ 'ਚ ਬੇਟਾ ਜੀ ਇਹ ਗੱਲ ਹੈ ਕਿ ਜਿਹੜਾ ਤਿੱਤਰ ਮੈਂ ਰੱਖਿਆ ਹੈ, ਤਿੱਤਰ ਪਹਿਲੇ ਨੰਬਰ 'ਤੇ ਤਿੱਤਰ ਨੂੰ ਜਿੰਨਾ ਟੋਰਾ ਦਿਓਗੇ ਤਿੰਨਾ ਤਿੱਤਰ ਉਨਾ ਹੀ ਅੱਛਾ ਹੁੰਦਾ ਹੈ। ਉਹਦੇ ਵਿੱਚ ਫਿਰ ਇਹ ਤਿੱਤਰਾਂ ਦੀਆਂ ਆਪਣੀਆਂ ਨਸਲਾਂ ਹੁੰਦੀਆਂ ਨੇ, ਪਹਿਲੇ ਜਿਹੜੀਆਂ ਨਸਲਾਂ ਹੁੰਦੀਆਂ ਸਨ ਵੱਡੇ ਤਿੱਤਰ ਹੁੰਦੇ ਸਨ, ਵੱਡੀਆਂ ਮਾਦੀਆਂ ਹੁੰਦੀਆਂ ਸਨ ਜਾਂ ਪੱਠੀਆਂ ਹੁੰਦੀਆਂ ਸਨ, ਅਤੇ ਉਹਨਾਂ ਨਾਲ ਤਿੱਤਰ ਜਿਸ ਤਰੀਕੇ ਇੱਕ ਸ਼ੇਰ ਹੁੰਦੇ ਨੇ ਜੰਗਲ ਦੇ ਵਿੱਚ, ਉਹਨਾਂ ਦਾ ਆਪਣਾ ਇੱਕ ਗਰੁੱਪ ਹੁੰਦਾ, ਉਹਦੇ ਵਿੱਚ 5 ਮਾਦਾ 6 ਮਾਦਾ ਹੁੰਦੀਆਂ ਨੇ, ਉਹਦੇ ਵਿੱਚ ਸ਼ੇਰ ਇੱਕ ਹੀ ਹੁੰਦਾ। ਉਹਦੇ ਵਿੱਚ ਸ਼ੇਰ ਜਿਹੜਾ ਦੂਸਰਾ ਉੱਤੋਂ ਆਉਂਦਾ ਉਹ ਫਿਰ ਜਦੋਂ ਲੜਦੇ ਨੇ ਆਪਸ ਦੇ ਵਿੱਚ, ਅਤੇ ਜਿਹੜਾ ਸ਼ੇਰ ਜਿੱਤਦਾ ਉਹਦੇ ਨਾਲ ਹੀ ਮਾਦਾ ਜੁੜੇ ਹੁੰਦੀਆਂ ਨੇ। ਇਸੇ ਤਰੀਕੇ ਨਾਲ ਹੀ ਕਾਲਾ ਤਿੱਤਰ ਵੀ ਤਕਰੀਬਨ 10 ਮਾਦੀਆਂ ਨੇ ਉਸ ਏਰੀਏ ਵਿੱਚ, 5 ਨੇ ਜਾਂ 20 ਨੇ, ਉਹਨਾਂ ਦੇ ਨਾਲ ਤਿੱਤਰ ਉਹ ਮਾਦਾ ਦੇ ਨਾਲ ਸਾਰੀਆਂ ਦੇ ਨਾਲ ਤਿੱਤਰ ਇੱਕ ਹੀ ਜੁੜੇ ਹੋਵੇਗਾ, ਉੱਤੋਂ ਤਿੱਤਰ ਆਵੇਗਾ ਉਹਦੇ ਨਾਲ ਉਸ ਏਰੀਏ ਦਾ, ਅਤੇ ਉਹ ਤਿੱਤਰ ਆਪਸ ਦੋਵੇਂ ਲੜਨਗੇ। ਜਿਹੜਾ ਤਿੱਤਰ ਜਿੱਤ ਗਿਆ ਮਾਦਾ ਉਹਦੇ ਨਾਲ ਹੀ ਬੱਚੇ ਕਰਨਗੀਆਂ। ਹੁਣ ਸਿੰਧ ਦੇ ਵਿੱਚ ਇਹ ਪਹਿਲੇ ਕੰਮ ਕੋਈ ਨਹੀਂ ਸੀ, ਹੁਣ ਸਿੰਧ ਦੇ ਵਿੱਚ ਇਹ ਕੰਮ ਇੱਕ ਬੰਦੇ ਨੇ ਤਿੱਤਰ ਰੱਖਿਆ,
अपना पालतू वह लैके बाहर जंगल से चला जाता है, उत्थे जा के तित्तर नूं टंग दिता ते तित्तर बोलना शुरू हो गया जी। जिहड़े तित्तर दलेर हुंदे ने, वड्डे तित्तर हुंदे ने, वह फिर तित्तर निकले उत्थों ते तित्तर दे कोल आए। जदों तित्तर दे कोल आए जनाब मेरी थले आ गया, उत्तों उन्होंने फायर मारने जी, तित्तर मार के उन्हें कोह के खा लेने ने। उजीबा करके जो खा लेंगे ने तो फिर तित्तर इस तरीके वड्डियां दी तादाद घटनी शुरू हो गई। की हो गया।